ਅਸਲਾਮੁ ਅਲੈਕੁਮ ਸਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਜੀ ਮੰਗਲ ਦਾ, ਤੇ ਇਸ ਟਾਈਮ ਸਿਆਲਕੋਟ ਦੇ ਸਸਤੇ ਤੇ ਮਸ਼ਹੂਰ ਵਪਾਰੀ ਮੁਹੰਮਦ ਇਮਰਾਨ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ। ਤੇ ਮਾਸ਼ਾਅੱਲਾ ਜੀ ਭਾਈ ਇਮਰਾਨ ਸਾਹਿਬ ਨੇ ਇੱਕ ਦਫਾ ਫਿਰ ਰਿਕਾਰਡ ਕਾਇਮ ਕੀਤਾ ਦੋਸਤਾਂ ਵਾਸਤੇ, 9 ਝੋਟੀਆਂ, ਇਸ ਤੋਂ ਇਲਾਵਾ 2 ਗਾਵਾਂ ਲੈ ਕੇ ਆਏ ਨੇ। ਕਮ ਅਜ਼ ਕਮ ਕੀਮਤ ਹੈ ਜੀ 1 ਲੱਖ ਤੇ 30,000, 1,30,000 ਤੋਂ ਲੈ ਕੇ ਤੇ 2,75,000 ਦੀ ਰੇਂਜ ਤੱਕ ਜਾਨਵਰ ਨੇ। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਤੇ ਇਹਨਾਂ ਦਾ ਜਿਹੜਾ ਜਾਇਜ਼ ਮੁਨਾਸਬ ਪਿਆਰ ਮੁਹੱਬਤ ਵਾਲਾ ਰੇਟ ਹੈ ਉਹ ਵੀ ਮਲੂਮ ਕਰਨੇ ਆ। ਭਾਈ ਇਮਰਾਨ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮੁ ਅਲੈਕੁਮ। ਵਾਲੇਕੁਮ ਸਲਾਮ ਭਾਈ ਫਰਾਜ਼, ਕੀ ਹਾਲ ਠੀਕ ਠਾਕ ਹੋ? ਅੱਲਾ ਪਾਕ ਦਾ ਬੜਾ ਸ਼ੁਕਰ ਉਹਦੀ ਜ਼ਾਤ ਦਾ ਕਰਮ ਹੈ। ਭਾਈ ਇਮਰਾਨ ਤੁਸੀਂ ਸੁਣਾਓ, ਠੀਕ ਹੋ? ਸਭ ਹੈਰੀਅਤ ਹੈ ਜੀ ਜੀ, ਸ਼ੁਕਰ ਮਾਲਾ ਦੀ ਜ਼ਾਤ ਦਾ ਕਰਮ ਹੈ ਸੋਨੇ ਦਾ। ਸਾਰੇ ਦੋਸਤ ਜਨਾਬ ਦੇ ਨਾਮ ਤੋਂ, ਜਨਾਬ ਦੇ ਕੰਮ ਤੋਂ ਵਾਕਫ਼ ਨੇ, ਸੋਹਣਾ ਸ਼ੋਕ ਕਰਾਉਂਦੇ ਹੋ ਤੇ ਅੱਜ ਵੀਡੀਓ ਤੋਂ ਪਹਿਲੇ ਤੁਹਾਡੀ ਗੱਲ ਸੁਣ ਕੇ ਦਿਲ ਵੀ ਹੋਸ਼ ਹੋਇਆ। ਮਾਸ਼ਾਅੱਲਾ ਮਾਲ ਤੁਹਾਡਾ ਕਰਾਚੀ ਵੀ ਜਾ ਰਿਹਾ, ਦੋਸਤ ਇਤਮਾਦ ਕਰਦੇ ਨੇ ਵੀ ਕੰਮ ਸੋਹਣਾ ਚੱਲਿਆ ਦੋਸਤਾਂ ਨੂੰ, ਫਿਰ ਆਪਣਾ ਤੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ ਭਾਈ ਫਰਾ। ਸਾਰ ਨਾਲ ਪਹਿਲਾਂ ਸਾਰੇ ਭਰਾਵਾਂ ਨੂੰ ਸਲਾਮ ਅਲੈਕੁਮ ਮੇਰੀ ਤਰਫੋਂ, ਔਰ ਭਾਈ ਫਰਾਜ ਬਹੁਤ ਮਿਹਰਬਾਨੀ ਨਾਲ ਭਰਾਵਾਂ ਦੀ ਅੱਛਾ ਤਾਵਣ ਕਰਦੇ ਨੇ ਵੀ ਮਾੜੇ ਬੰਦੇ ਅਸੀਂ ਐਡਾ ਵੀ ਵਧਾਉਂਦੇ ਨਾ ਬੰਦਾ ਫੜਾ ਪਿਆ ਮਾਰੇ ਨਹੀਂ। ਸ਼ੁਕਰ ਹੈ ਸਮਾਲਾ ਦੀ ਦਾਤ ਦਾ ਸੋਹਣਾ ਕੰਮ ਚੱਲਦਾ ਪਿਆ। ਇਹ ਭਾਈ ਹੋਰਾਂ ਨੇ ਕਰਾਚੀ ਦੇ ਨੇ ਗਾਈਆਂ, ਉਹਨਾਂ ਲਈਆਂ ਨੇ 4 ਗਾਵਾਂ ਲਈਆਂ ਨੇ, ਉਹਨਾਂ ਨੇ ਕਰਾਚੀ ਮਾਲ ਜਾਣਾ ਸਾਡਾ, ਠੀਕ ਹੈ। ਅਤੇ ਪਿਛਲੀ ਵੀਡੀਓ 'ਚ ਮਾਲ ਪਾਇਆ ਸੀ ਉਹ ਵੀ ਮਾਸ਼ਾਅੱਲਾ ਸੇਲ ਹੋ ਗਿਆ, ਅਤੇ ਹੁਣ 2 ਵਹਿੜੀਆਂ ਪਾਣੀਆਂ ਨੇ ਅਤੇ ਝੋਟੀਆਂ ਪਾਣੀਆਂ ਨੇ ਭਾਈ ਫਰਾਜ਼। ਟਾਈਮ ਵੇਖੋ, ਗਰਮੀ ਬਹੁਤ ਜ਼ਿਆਦਾ, ਬਹੁਤ ਟਾਈਮ ਤੁਹਾਡਾ ਛੱਡ ਨਹੀਂ ਰਹਿਣਾ। ਤੁਸਾਂ ਕਾਹਲੀ ਕੀਤੀ ਕਿ ਜਨਾਬ ਮਤਲਬ ਟਾਈਮ ਨਾਲ ਵੀਡੀਓ ਬਣਾਓ, ਹੋਰ ਵੀ ਕਿਤੇ ਕੰਮ ਹੈ ਸਾਨੂੰ ਜੀ ਜੀ। ਕਿਸੇ ਮਈ ਨੂੰ ਭਾਈ ਫਰਾਜ਼ ਸਵੇਰੇ 6 ਵਜੇ ਮਈਆਂ ਚੋਈਆਂ ਨੇ, ਸ਼ਾਮੀ 5 ਵਜੇ ਵੀਡੀਓ ਬਣਨੀ, ਤੁਹਾਡੀ ਕਾਹਲੀ ਜਲਦੀ ਦੇ ਨਾਲ ਅਸੀਂ ਟਾਈਮ ਨਾਲ, ਤੁਸੀਂ ਆਖਿਆ ਕੋਈ ਗੱਲ ਨਹੀਂ, 2:30 ਦਾ ਟਾਈਮ ਹੋਣਾ ਹੁਣ 2:30। ਹਾਂ ਮਾਸ਼ਾਅੱਲਾ ਸ਼ੁਕਰ ਹੈ ਲੱਗਦਾ ਭਾਈ ਫਰਾਜ਼ ਕਿਸੇ ਮਈ ਨੂੰ ਡਾਕਾ ਲੱਗਾ ਹੋਏ, ਜਿੰਨਾ ਦੁੱਧ ਦੱਸਾਂਗੇ ਕੋਈ ਪਾਤ ਦਾ ਕਿਲੋ ਵਧੇਗਾ ਘੱਟ ਨਹੀਂ ਸਕਦਾ। ਅਤੇ ਸ਼ੌਕ ਕਰਾਓ ਇਹਨਾਂ ਭਰਾਵਾਂ ਨੂੰ, ਬਹੁਤ ਮਿਹਰਬਾਨੀ ਇਹਨਾਂ ਭਰਾਵਾਂ ਦੀ, ਅਤੇ ਅੱਲਾ ਖੈਰ ਕੀਤੀ ਤੇ ਕਰੋ। ਲੋਕੇਸ਼ਨ ਵੀ ਸਮਝਾ ਦਿਓ ਦੋਸਤਾਂ ਨੂੰ। ਲੋਕੇਸ਼ਨ ਭਾਈ ਫਰਾਜ਼ ਤਹਿਸੀਲ ਜ਼ਿਲ੍ਹਾ ਸਿਆਲਕੋਟ, ਮੇਨ ਸਿਆਲਕੋਟ ਲਾਰੀ ਅੱਡੇ ਤੋਂ ਕੋਈ 12-13 ਕਿਲੋਮੀਟਰ ਅੱਗੇ ਡੇਰਾ ਸਾਡਾ, ਮੇਨ ਅੱਡਾ ਸਾਨੂੰ ਡੱਲ ਵਾਲੀ ਲੱਗਦਾ। ਅਗਰ ਗੁਜਰਾਤ ਦੀ ਸਾਈਡ ਨੂੰ ਕਿਸੇ ਆਉਣਾ ਹੋਏ ਡੱਲ ਵਾਲੀ ਆ ਸਕਦਾ, ਡੱਲ ਵਾਲੀ ਅੱਡਾ ਸਾਨੂੰ ਲੱਗਦਾ। ਜੇ ਇੱਧਰੋਂ ਬਡਿਆਣੇ ਲਾਉਣਾ ਹੋਏ ਨਾ ਤਾਂ ਊਰੇ ਵਾਲਾ ਚੌਂਕ ਅੱਡਾ ਲੱਗਦਾ ਸਾਨੂੰ, ਅਤੇ ਕਰਾਓ ਸ਼ੌਕ ਅੱਲਾ ਹਰ ਕਿਤੇ ਭਰਾਵਾਂ ਨੂੰ। ਦਲੇਰੀ ਦਿੰਦੇ, ਕਾਰੋਬਾਰੀ ਸਪੋਰਟ ਕਰਦੇ ਨੇ, ਇਹਨਾਂ ਭਰਾਵਾਂ ਸ਼ੁਕਰ ਗੁਜ਼ਾਰ ਕਰਨੇ ਆ। ਤੇ ਫਰਿਆਜ਼ ਭਾਈ ਤੁਹਾਨੂੰ ਪਤਾ ਵੀਰ ਜੀ, ਪਿਛਲੀ ਵੀਡੀਓ ਵੀ ਜਿਹੜਾ ਨਾ ਕਿੰਨੇ ਹਰ ਵੀਡੀਓ ਸਾਡੀ ਮਿਸ ਨੀ ਕੋਈ ਹੁੰਦੀ ਵੀ, ਇੱਕ ਭਰਾ ਮਾਲ ਖੜਦੇ ਤੇ ਮਾਲ ਲਿਆਉਂਦੇ ਪਿਆ, ਠੀਕ ਹੈ। ਅਤੇ ਗੱਲਾਂ ਇਸ ਤਰ੍ਹਾਂ ਕਿ ਬਹੁਤੀਆਂ ਕਰਾਂ ਨਹੀਂ, ਮੂੰਹ ਲਾਇਆ ਕੋ ਬਹੁਤੀ ਗੱਲ ਨਹੀਂ ਹੁੰਦੀ। ਮੇਰਾ ਮਾਲ ਜਿਹੜਾ ਮੇਰੇ ਮੇਰੇ ਭਰਾ ਵੇਖ ਕੇ ਕਮੈਂਟ ਜ਼ਰੂਰ ਕਰਨਗੇ ਕਿ ਵਾਕਈ ਵੀਰ ਦੀਆਂ ਗੱਲਾਂ ਘੱਟ ਹੁੰਦੇ ਮਾਲ ਵੱਧ ਸਹੀ ਹੈ। ਤਾਂ ਕਰਾਓ ਸ਼ੌਂਕ ਭਰਾਵਾਂ, ਅਤੇ ਪੈਕੇਜ ਵੀ ਅਸੀਂ ਭਰਾਵਾਂ ਨੂੰ ਲਵਾਵਾਂਗੇ, ਅਤੇ ਮੁੱਲ ਵੀ ਵੇਖਣਾ ਤਾਂ ਚੀਜ਼ ਵੀ ਵੇਖਣ ਭਰਾ, ਠੀਕ ਹੈ। ਕਰਾਓ ਸ਼ੌਂਕ ਭਰਾਵਾਂ, ਜ਼ਿੰਦਾਬਾਦ ਜੀ। ਭਾਈ ਇਮਰਾਨ ਸਾਹਿਬ ਭਾਈ ਉਹਨਾਂ ਨੇ ਲਈਆਂ ਨੇ ਕਰਾਚੀ ਗਾਈਆਂ ਜੀ ਜੀ, ਉਹਨਾਂ ਜਨਾਬ ਸਾਨੂੰ ਮਤਲਬ ਉਹਨਾਂ ਵੇਖ ਕੇ ਉਹਨਾਂ ਤਬਾਰ ਹੀ ਕੀਤਾ ਬਸ, ਉਹਨਾਂ ਵੇਖੀਆਂ ਵੀ ਨਹੀਂ ਗਾਈਆਂ, ਤਸਵੀਰਾਂ ਘੱਲੀਆਂ ਨੇ ਅਸਾਂ, ਤਾਂ ਹੁਣ ਚੱਲੀਆਂ ਨੇ, ਹੁਣ 2 ਵਹਿੜੀਆਂ ਪਾਈਆਂ ਨੇ,
ਇਨਸ਼ਾਅੱਲਾ ਲੈ ਕੇ ਆਓ ਜੀ। ਲਓ ਜੀ ਇਹ ਨੰਬਰ 1 ਤੇ ਆ ਗਈ ਮਾਸ਼ਾਅੱਲਾ ਜੀ, ਇਹ ਚੀਜ਼ ਅੱਛੀ ਹੈ ਦੋਸਤਾਂ ਦੇ ਸਾਹਮਣੇ, ਖਾਣ ਵੀ ਦੋਸਤਾਂ ਵੇਖ ਲੈਣੇ ਪਿਆਰੇ ਭਾਈ। ਹਰ ਇੱਕ ਜਾਨਵਰ ਨੂੰ ਉੱਥੇ ਖਿਲਾਰ ਕੇ ਪਹਿਲੇ ਲੰਬਾਈ ਉਹਦੀ ਚੈੱਕ ਕਰਾਉਣੀ ਫੇਰ ਤੋਰਨਾ। ਲਓ ਜੀ ਦੋਸਤੋ ਮੁਕੰਮਲ ਹਾਈਟ ਜਸਾਮਤ ਤਾਂ ਵੇਖ ਲੈਣੀ ਹੈ। ਕਿੰਨਵਾਂ ਸੂਆ ਭਾਈ ਇਸ਼ਫਾਕ ਦਾ? ਦੂਸਰਾ ਸੂਆ ਸੂਈ ਹੈ। ਲਓ ਜੀ ਦੋਸਤੋ ਚੈੱਕ ਕਰੋ ਮਾਸ਼ਾਅੱਲਾ ਜੀ, ਥਾਨ ਦੋਸਤਾਂ ਵੇਖ ਲੈਣੇ ਨੇ, ਦੂਸਰਾ ਸੂਆ ਸੂਈ ਹੈ ਧੁਨੀ ਦਾ ਨਿਸ਼ਾਨ ਹੈ। ਕਿੱਦਾਂ ਦੀ ਸੂਈ ਹੈ ਲਬਾਸ ਦੋਸਤਾਂ ਵੇਖ ਲੈਣਾ, ਥਾਨ ਚੈੱਕ ਕਰਾਨੇ ਮਾਸ਼ਾਅੱਲਾ ਸੋਹਣਾ ਲਬਾਸ ਕੀਤਾ। ਥਾਨ ਵੀ ਦੋਸਤਾਂ ਵੇਖ ਲੈਣੇ, ਪੁੱਠਾ ਵੀ ਚੈੱਕ ਕਰਨਾ ਤੇ ਚਿਹਰਾ ਵੀ ਦੋਸਤਾਂ ਦੇ ਸਾਹਮਣੇ। ਝੋਟੀ ਨੰਬਰ 1 ਫਰਿਆਦ ਭਾਈ, ਪੂਰੀਆਂ ਬਰੀਕੀਆਂ ਭਰਾ ਨੂੰ ਸ਼ੌਂਕ ਕਰਾਉਣਾ, ਭਰਾ ਕਹਿੰਦੇ ਨੇ ਤੇ ਸ਼ੌਂਕ ਪੂਰਾ ਕਰਾਉਣਾ, ਸਾਰ ਪੂਰੀ ਪੂਰੀਆਂ ਬਰੀਕੀਆਂ ਪੂਰੀ ਪਛਮ ਝੋਟੀ ਦਿੱਤੇ ਮਾਸ਼ਾਅੱਲਾ। ਬਿਲਕੁਲ ਜੀ ਭਾਈ, ਲੈ ਆਵੋ ਜਾਤ ਲੈ ਆਵੋ ਕੋਲੀ ਤੇ ਪਾਕ ਮਤਰਾਕੇ ਤੇ ਕਰਾ ਮੇਰੀ ਝੋਟੀ। ਲੋ ਜੀ ਦੋਸਤੋ ਚੈੱਕ ਕਰੋ ਮਾਸ਼ਾਅੱਲਾ ਭਾਈ, ਇਹਦਾ ਚਿਹਰਾ ਵੀ ਸਾਹਮਣੇ ਕਰੋ, ਚਿਹਰਾ ਚੈੱਕ ਕਰੋ। ਲੋ ਜੀ ਦੋਸਤੋ ਚੈੱਕ ਕਰੋ ਮਾਸ਼ਾਅੱਲਾ, ਚਿਹਰਾ ਵੀ ਦੋਸਤਾਂ ਵੇਖ ਲੈਣੇ, ਇਹ ਚਿਹਰਾ ਦੋਸਤਾਂ ਦੇ ਸਾਹਮਣੇ, ਸਿੰਘ ਵੀ ਚੈੱਕ ਕਰਨੇ ਨੇ। ਝੋਟੀ ਨੰਬਰ 1 ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਜਾਤ ਲੈ ਆਵੋ ਕੀ ਜਾ ਪਿੱਛੇ ਦੇ ਪਿੱਛੇ ਦੇ ਕੱਟਾ ਝੋਟੀ ਨੰਬਰ 1 ਫਰਿਆਦ ਭਾਈ, ਭਰਾ ਨੂੰ ਕਿਹਾ ਕਿ ਹਾਜ਼ਰ ਸਵੇਰ 8 ਵਜੇ ਸੋਈਏ, ਠੀਕ ਹੈ ਜੀ ਜੀ। ਝੋਟੀ ਨੰਬਰ 1 ਦਾ ਬਿਲਕੁਲ ਨੀ ਮੈਂ ਚਿਹਰਾ ਸਾਹਮਣੇ ਕਰੋ, ਇੱਕ ਅੱਖ ਕਾਲੀ ਤੇ ਇੱਕ ਕੁਛ ਬਿੱਲੀ ਵਿੱਚ, ਉਹ ਵੀ ਥੋੜੀ ਬਿੱਲੀ ਤੇ। ਦੂਸਰੀ ਗੱਲ ਫਰਿਆਦ ਭਾਈ, ਕਿ ਝੋਟੀ ਮੇਰੀ ਜਾ ਕੇ ਉਥਾਂ ਜੇ ਨਾੜ ਫੁਹਾਰ ਗਿਲਟੀ ਮੇਰਾ ਨਾਂ ਨੇ ਲੱਗ ਮੇਰੇ ਹੋਵੇ, ਘਰ ਜਾ ਕੇ ਵੀ ਕੋਈ ਭਰਾ ਲੈਣ ਲਵੇ ਜਾਂ ਡਾਇਰੈਕਟ ਆ ਜਾਣ, ਮੈਂ ਖੁਸ਼ੀ ਹੈ ਚੀਜ਼ ਦੀ, ਠੀਕ ਹੈ। ਕੋਈ ਮਸਲਾ ਮਸਲਾ ਨਾ ਜਾ ਕੇ ਮਿਲੇ ਨਾ, ਉਹਦਾ ਮੈਂ ਜਵਾਬਦਾਰ ਹਾਂ, ਠੀਕ ਹੈ। ਅਤੇ ਭਰਾਵਾਂ ਨੂੰ ਇਹ ਹੀ ਸਭ ਤੋਂ ਜ਼ਿਆਦਾ ਰੇਟ ਇਹਦਾ ਹੀ ਹੈ, 2,75,000 ਹਜ਼ਾਰ ਭਰਾਵਾਂ ਨੂੰ ਦੇਣਾ, ਝੋਟੀ ਮੇਰੀ 3,00,000 ਦੀ, ਲੇਕਿਨ ਸ਼ੌਂਕ ਕਰਾਉਣਾ ਭਰਾਵਾਂ। ਲੋ ਜੀ ਦੋਸਤੋ ਕੀਮਤ ਡਿਮਾਂਡ 2,75,000 ਝੋਟੀ ਨੰਬਰ 1 ਸੀ, ਪਿੱਛੇ ਦੇ ਕੱਟਾ ਦੋਸਤਾਂ ਨੂੰ ਵੀ ਚੈੱਕ ਕਰਾਇਆ, ਲਬਾਸ ਦੋਸਤਾਂ ਫਿਰ ਵੇਖ ਲੈਣਾ ਮਾਸ਼ਾਅੱਲਾ ਜੀ, ਥਾਣ ਵੀ ਚੈੱਕ ਕਰਨੇ ਨੇ, ਪੁੱਠਾ ਵੀ ਦੋਸਤਾਂ ਵੇਖ ਲੈਣਾ। ਵੇਖੋ ਵਖਮੀ ਹੈ ਭਰਾਵਾਂ ਨੂੰ ਪਤਾ ਹੀ ਹੈ, ਵੇਖੋ ਵਖਮੀ ਹੈ ਝੋਟੀ ਜੀ ਜੀ, ਕੱਚੀ ਅੱਜ ਸੂਈ ਹੈ, ਹੋਰ ਦੋਨਾਂ ਝੋਟੀ ਕੁੰਜੀ ਕੁੰਜੀ ਜਾ ਕੇ ਇਨਸ਼ਾਅੱਲਾ ਆਪਣਾ ਆਪ ਦੱਸੇਗੀ ਝੋਟੀ ਇਨਸ਼ਾਅੱਲਾ। ਅੱਗੇ ਭਾਈ ਲੈ ਆਓ ਜੀ, ਅੱਗੇ ਆ ਗਈ ਨੰਬਰ 2 ਤੇ। ਲੋ ਜੀ ਦੋਸਤੋ ਇਹ ਚੈੱਕ ਕਰੋ, ਸਿੰਘੀਆਂ ਦੋਸਤਾਂ ਵੇਖਣੀਆਂ ਨੇ ਮਾਸ਼ਾਅੱਲਾ ਜੀ, ਨੰਬਰ 2 ਤੇ ਪਹਿਲਾਂ ਨੇ ਚੱਪੇ ਚ ਭਾਏ ਸਿੰਘ ਚ ਭਾਲਾ, ਵੇਖੋ ਕਿੰਨਾ ਹੋਣਾ ਜੀ। ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਝੋਟੀ ਨੰਬਰ 2 ਲੋ ਜੀ ਦੋਸਤੋ ਇਹ ਚੈੱਕ ਕਰੋ ਮਾਸ਼ਾਅੱਲਾ, ਆ ਵੀ ਸੂਈ ਹੈ ਜੀ ਜੀ ਫਰਿਆਦ ਭਾਈ, ਇਹ ਚੈੱਕ ਕਰੋ ਮਾਸ਼ਾਅੱਲਾ ਕਿਦਾਂ ਦੀ ਸੂਈ ਹੈ। ਪੁੱਠਾ ਵੀ ਦੋਸਤਾਂ ਦੇ ਸਾਹਮਣੇ ਭਾਈ, ਲਵਾ ਲਿਆ ਮੱਠਾ ਜਿਹਾ ਚੱਕਰ ਲਵਾ ਕੇ ਲੈ ਆਵੋ। ਕਿੰਨਾ ਦੁੱਧ ਭਾਈ ਇਸ਼ਫਾਕ ਦੇ ਕੋਲ? ਠੀਕ ਹੈ, ਬੱਚੇ ਸਮੇਤ ਦੋਵਾਂ ਟਾਈਮਾਂ ਦਾ ਟੋਟਲ 10 ਕਿਲੋ ਪਿੱਛੇ ਜਾ ਕੇ ਕੱਟੀ। ਹੋ ਸਕਦਾ ਦੱਸਿਆ ਨੀ ਵਾਜ਼ਾ ਕੀਤਾ ਕਿ ਉਹ ਦੱਸਣਾ ਤੋਂ ਜਿਹੜਾ ਹੋਏਗਾ। ਠੀਕ ਹੈ ਯਾਰਾਂ, ਹੋ ਸਕਦਾ 10 ਤੋਂ ਇਨਸ਼ਾਅੱਲਾ ਜ਼ਿਆਦਾ ਹੀ ਹੋਏਗਾ, ਜਿਹੜਾ 10 ਦੇਣੇ ਭਾਈ ਰਹੀ ਉਹਦੇ ਤੋਂ ਇਨਸ਼ਾਅੱਲਾ ਕੋਈ ਅੱਧਾ ਕਿਲੋ ਜ਼ਿਆਦਾ ਹੋਏਗਾ। ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 10 ਕਿਲੋ ਦੀ ਗਰੰਟੀ ਹੈ ਝੋਟੀ ਨੰਬਰ 2
ਪੁੱਠਾ ਵੀ ਦੋਸਤਾਂ ਵੇਖ ਲੈਣਾ, ਥਣ ਦੋਸਤਾਂ ਨੂੰ ਫਿਰ ਚੈੱਕ ਕਰਾ ਦੇਣੀ। ਹਾਂ ਕੱਟੀ ਦੋਸਤਾਂ ਨੂੰ ਦੁੱਧ ਚੰਗਾ ਛੱਡਿਆ ਕੇ ਜਿਹਨਾਂ ਭਰਾਵਾਂ ਨੂੰ ਲਿਆਂਦੀ ਹੈ ਤੇ ਵੇਖੋ ਸ਼ੌਂਕ ਨਾਲ ਉਹਨਾਂ ਝਾਂਜਰ ਵੀ ਭਾਜੀ ਦਾ ਪੀ ਵੀ ਕੱਟੀ ਤੇ ਮਾਰ ਵੀ ਕੱਟੀ। ਬਿਲਕੁਲ ਜੀ, ਇੱਕ ਝੋਟੀ ਦੇ ਵਿੱਚ ਉਹ ਸਾਂਝ ਲਾਮ ਪੁਛਲ ਬਰੀਕ ਕੱਦ ਲਾਮ ਕੁੰਡੀ ਮੂੰਹ ਦੀ ਛੋ ਜਿਹੜਾ ਪਤਲੀ ਬੁੱਥੀ ਸੀ। ਵੇਖੋ ਕਿੰਨੇ ਦੰਦੇ ਆ, ਚੈੱਕ ਕੀਤੀ ਹੈ ਕਿ ਨਹੀਂ? ਨਹੀਂ ਕਰਾਈ, ਜਵਾਨ ਹੀ ਸਮਝ ਲਓ। ਠੀਕ ਹੈ, ਜਵਾਨ ਹੀ। ਤੇ ਫਰਿਆਦ ਭਾਈ ਦੂਜਾ ਸੁਭਾਅ ਵੇਖਣ ਚ ਭਰਾ ਇਹ ਨਾ ਕਹੇਗਾ ਕਿ ਦੂਸਰਾ ਹੈ, ਵੇਖਣ ਚ ਪਹਿਲੇ ਲੱਗਦੀ ਹੈ। ਲੇਕਿਨ ਮੈਂ ਦੂਸਰਾ ਭਰਾਵਾਂ ਨੂੰ ਕਵਾਂ, ਠੀਕ ਹੈ? ਠੀਕ ਹੈ, ਬੱਚੇ ਨੂੰ ਛੱਡ ਕੇ ਨੌ ਡੱਬੇ ਭਰਾਵਾਂ ਨੂੰ ਮਨਾ ਕੇ ਦੇਵਾਂ। ਸੁਭਾਅ ਦੂਸਰਾ ਵੈਸੇ ਲੱਗਦੀ ਤਾਂ ਪਹਿਲਾਂ ਨਹੀਂ ਹੈ ਬਈ, ਵੇਖਣ ਚ ਪਹਿਲੇ ਲੱਗਦੀ, ਲੇਕਿਨ ਨਹੀਂ ਦੂਸਰਾ ਸੁਭਾਅ। ਠੀਕ ਹੈ, ਤੇ ਭਰਾਵਾਂ ਨੂੰ ਕਰਾ ਸ਼ੌਂਕ, ਜਿਹੜੇ ਮੇਰੇ ਭਰਾ ਨਹੀਂ ਬਜ਼ੁਰਗ ਨੂੰ ਚੰਗੀ ਲੱਗੀ ਨਾ, ਤੇ ਫਰਿਆਦ ਭਾਈ 2,55,000 ਦੀ ਝੋਟੀ ਦੇਣਾ। 2,55,000 ਲੋ ਜੀ ਦੋਸਤੋ, ਝੋਟੀ ਨੰਬਰ 2 ਸੀ, ਕੀਮਤ ਡਿਮਾਂਡ 2,55,000। ਥਾਂ ਦੋਸਤਾਂ ਫਿਰ ਵੇਖ ਲੈਣੇ ਨੇ, ਚੈੱਕ ਕਰੋ ਮਾਸ਼ਾਅੱਲਾ ਜੀ। ਤੁਸੀਂ ਵੀ ਦੋਸਤਾਂ ਵੇਖ ਲੈਣੀ ਪਿੱਛੇ ਤੇ ਕੱਟੀ, ਅੱਗੇ ਆ ਗਈ ਜੀ ਨੰਬਰ 3 ਤੇ। ਲੋ ਜੀ ਦੋਸਤੋ, ਕਿਨਵਾਂ ਸੁਆ ਇਹਦਾ ਖਿਲਾਰੇ ਭਾਈ ਜਾਨ ਜੀ? ਭਾਈ ਇਸ਼ਫਾਕ ਨੰਬਰ 3 ਵਾਲੀ ਦਾ ਸੁਆ ਥਾਣੀ ਵੀ ਦੋਸਤਾਂ ਚੈੱਕ ਕਰਾ ਦਿੰਦੇ ਆ। ਲੋ ਜੀ ਦੋਸਤਾਂ ਚੈੱਕ ਕਰ ਲੋ ਜੀ, ਧੁਨੀ ਵੀ ਦੋਸਤਾਂ ਛੱਡ ਕੇ ਨੌ ਡੱਬੇ ਮਿਣ ਕੇ ਦਿਆਂਗੇ ਜਿਹੜਾ ਭਰਾ ਆਵੇਗਾ ਦੁੱਧ ਮੇਰੀ, ਮੈਂ ਖਰੇ 9.5 ਹੋ ਸਕਦਾ, 10 ਹੋ ਜਾਵੇ। ਠੀਕ ਹੈ, ਯਾਨੀ ਕਿ ਬੱਚੇ ਨੂੰ ਪਿਲਾ ਕੇ 9 ਕਿਲੋ ਦੋਵਾਂ ਟਾਈਮਾਂ ਦਾ ਪਿੱਛੇ ਜਾ ਦੇ ਕੱਟਾ ਬਾਈ, ਇੱਕ ਮਿੰਟ ਇੱਥੇ ਲਿਆਓ ਜਾ ਕੇ। ਲੋ ਜੀ ਦੋਸਤਾਂ ਚੈੱਕ ਕਰੋ ਮਾਸ਼ਾਅੱਲਾ, ਪਿੱਛੇ ਕੱਟਾ ਕੱਟਾ ਵੀ ਸਿਹਤਮੰਦ ਹੈ। ਨੰਬਰ 3 ਤੇ ਚੈੱਕ ਕਰਾਨੇ ਆ ਪੇ ਝੋਟੀ ਨੰਬਰ 3 ਸਿੰਘਾਂ ਦੀ ਸਾਦਾ ਹੈ। ਮਜ਼ੀਦ ਸਾਰੀਆਂ ਬਰੀਕਾਂ ਬਰੀਕੀਆਂ ਦੋਸਤਾਂ ਸਾਹਮਣੇ ਭਰਾਵਾਂ ਥਣਾ ਦਾ ਜਿਹੜਾ। ਠੀਕ ਹੈ, ਜਾਨ ਨੂੰ ਪਲਾ ਕੇ 9 ਕਿਲੋ ਦੁੱਧ ਧੁਨੀ ਦਾ ਮੈਂ ਨਿਸ਼ਾਨ ਹੈ। ਕੋਲੀ ਵੀ ਦੋਸਤਾਂ ਵੇਖ ਲੈਣੇ, ਟੋਰੋ ਭਾਈ ਇਮਰਾਨ। ਲੋ ਜੀ ਦੋਸਤੋ ਥਣ ਵੇਖ ਲੈਣੇ ਨੇ, ਪਾਵਰਫੁਲ ਲੱਗੇ ਨੇ ਮਾਸ਼ਾਅੱਲਾ ਜੀ, ਤੇ ਮੁਕੰਮਲ ਟੋਰ ਤੇ ਜਸਾਮਤ ਵੀ ਦੋਸਤਾਂ ਵੇਖ ਲੈਣੀ। ਝੋਟੀ ਨੰਬਰ 3 ਦੂਸਰਾ ਸੁਆ ਸੁਈ ਪੁੱਠਾ ਵੀ ਦੋਸਤਾਂ ਵੇਖਣਾ ਤੇ ਅੱਡੀ ਚੈੱਕ ਕਰਨੀ। ਅੱਡੀ ਹੈ ਕੀ ਹੈ ਨਾ, ਇਹ ਚੈੱਕ ਕਰੋ ਮਾਸ਼ਾਅੱਲਾ ਜੀ ਜੀ। ਭਾਈ ਇਸ਼ਫਾਕ ਝੋਟੀ ਨੰਬਰ 3 ਦਾ ਰੇਟ ਬਜ਼ੁਰਗ ਨੂੰ ਚੰਗੀ ਲੱਗੀ ਨਾ ਜੀ ਜੀ, ਤੇ 2,45,000 ਝੋਟੀ ਦੇ ਦੇਣਾ। 2,45,000 ਸ਼ੋਅ ਕਰਾਓ, ਤੇ ਕੈਮਰਾ ਮਾਰੋ ਭਰਾ। ਲੋ ਦੋਸਤੋ ਚੈੱਕ ਕਰੋ, ਫੁਸ਼ਲ ਵੀ ਦੋਸਤਾਂ ਵੇਖ ਲੈਣੀ, ਬਰੀਕ ਕੀਮਤ ਡਿਮਾਂਡ ਸਿਰਫ 2,45,000। ਅੱਗੇ ਆ ਗਈ ਨੰਬਰ 4 ਤੇ ਮਾਸ਼ਾਅੱਲਾ ਜੀ। ਭਾਈ ਇਮਰਾਨ ਇੱਥੇ ਜ਼ਰਾ ਸੋਹਣੀ ਕਰਕੇ ਖਿਲਾਰੋ, ਲੰਮੇ ਰੁੱਕ ਸਿੱਧੀ ਕਰੋ ਇੱਥੇ ਜ਼ਰਾ। ਕਿਨਵਾਂ ਸੁਆ ਭਾਈ ਇਸ਼ਫਾਕ ਦਾ? ਬਰਾਬਰ ਥਾਂ ਦੋਸਤਾਂ ਵੇਖ ਲੈਣੇ ਨੇ, ਸੋਹਣੇ ਪਾਵਰਫੁਲ ਲੱਗੇ ਨੇ। ਸਿਹਤ ਵੀ ਵੇਖਣੀ ਹੈ, ਹਾਈਟ ਚੈੱਕ ਕਰਨੀ ਹੈ, ਚਿਹਰਾ ਵੀ ਦੋਸਤਾਂ ਨੂੰ ਚੈੱਕ ਕਰਾ ਦਿੰਦੇ ਆ। ਸਿੰਘ ਵੀ ਦੋਸਤਾਂ ਦੇ ਸਾਹਮਣੇ, ਨੰਬਰ ਆ ਗਈ ਜੀ 4 ਤੇ ਤੀਸਰਾ ਸੁਆ। ਭਾਈ ਇੱਕ ਮਿੰਟ ਸਕੂਨ ਨਾਲ ਜਾ ਕੀ ਪਿੱਛੇ ਦੇ ਕੱਟਾ ਇਹ ਚੈੱਕ ਕਰੋ ਜੀ। ਲਓ ਜੀ ਦੋਸਤੋ ਪਿੱਛੇ ਦੇ ਕੱਟਾ ਕੱਟਾ ਵੀ ਦੋਸਤਾਂ ਵੇਖ ਲੈਣਾ। ਟੋਰੇ ਭਾਈ ਜਾਨ ਕਿਦਾਂ ਦੀ ਸੂਈ ਹੈ? ਪਸਮਾਈਆਂ ਜਾ ਲਾ ਕੇ ਤੁਹਾਡੇ ਸਾਹਮਣੇ ਹੈ, ਜਾ ਲਾ ਕੇ ਪਸਮਾਈਆਂ ਨੇ ਮੈਂ ਇਸ ਵਾਸਤੇ ਕਿ ਭਰਾਵਾਂ ਨੂੰ ਮੈਂ ਥਣਾਂ ਦਾ ਪਤਾ ਲਾ ਜੇ ਵੱਧ ਘੱਟਦਾ, ਜੇ ਡੰਗਰ ਪਸਮਿਆਂ ਦਾ ਪਤਾ ਲਾ ਜਾਂਦਾ ਥਣ ਵੱਧ ਘੱਟਦਾ, ਠੀਕ ਕੀ ਖਿਆਲ ਹੈ? ਤੇ ਜੇ ਮੈਂ ਸਵੇਰੇ ਚਵਾਈ 6 ਵਜੇ ਚਵਾਈ ਨਾ ਕੀਤੀ ਹੋਏ
ਤੇ ਮੈਂ ਲਾਦਾ ਮੁਜਰਮ ਦੇ ਭਰਾਵਾਂ ਦਾ ਮੁਜਰਮ। ਠੀਕ ਹੈ, ਯਾਨੀ ਸਵੇਰ 6 ਵਜੇ ਚੁਆਈ ਹੋਈ ਹੈ ਜੀ ਆ ਲੰਦਰ ਇੱਕ ਡੰਗਰ ਵੀ ਟਕਿਆ ਹੋਇਆ ਤੇ ਮੇਤੇ ਰੋਜ਼ੀ ਰਾਮ। ਠੀਕ ਹੈ, ਪਸਮਾਈਆਂ ਨੂੰ ਭਾਈ ਰਾਮ ਵਜ਼ਾਹਤ ਕਰ ਛੜੀਏ, ਮਕਸਦ ਆਈ ਹੈ ਕਿ ਦੋਸਤਾਂ ਨੂੰ ਕਿਲੀ ਆ ਟਾਈ ਲੇਵੇ ਛੋਟੇ ਨੇ ਪਸਮੀਆਂ ਕਿਉਂ ਨੇ ਜਾ ਛੜ ਕੇ ਭਰਾਵਾਂ ਨੂੰ ਸ਼ੋ ਕੀਤਾ ਕਿ ਭਈ ਥਾਣਵਾ ਨਾ ਵੇ ਸਕਦੇ ਭਰਾ। ਠੀਕ ਹੈ, ਲੋ ਜੀ ਦੋਸਤੋ ਨੰਬਰ ਆ ਗਈ ਸੀ 4 ਤੇ, ਪੁੱਠਾ ਵੀ ਦੋਸਤਾਂ ਵੇਖ ਲੈਣਾ ਥਾਣ ਫੇਰ ਚੈੱਕ ਕਰਨੇ ਨੇ, ਇਹ ਚੈੱਕ ਕਰੋ ਮਾਸ਼ਾਅੱਲਾ ਜੀ। ਜੀ ਭਾਈ ਇਸ਼ਫਾਕ, ਮੱਝ ਨੰਬਰ 4 ਦਾ ਰੇਟ ਰਾਜ ਭਾਈ ਜਿਹੜੇ ਮੇਰੇ ਭਰਾ ਨੂੰ ਚੰਗੀ ਲੱਗੀ ਨੇ ਤੇ 2,20,000 ਦੀ ਝੋਟੀ ਦੇ ਹੜਾਂਗੇ। 2,20,000 ਜੀ ਭਰਾ ਨੂੰ ਸ਼ੌਂਕ ਤੇ ਕਰਾ ਦੋ ਸੁੱਕੀ ਮੇਰੀ, ਮੈਂ ਅੱਲਾ ਨੇ ਮੇਰੇ ਬੰਦੇ 2,00,000 ਦੀ ਜਗ੍ਹਾ ਕਿਸਾਨ। ਲੋ ਜੀ ਦੋਸਤੋ ਮਾਸ਼ਾਅੱਲਾ ਜੀ, ਕੀਮਤ ਡਿਮਾਂਡ 2,20,000 ਤਾਂ ਦੋਸਤਾਂ ਫੇਰ ਵੇਖ ਲੈਣੇ ਨੇ ਨੰਬਰ 4 ਤੇ ਚੈੱਕ ਕਰਾਈ ਦੱਸਿਆ ਫਿਰਾਜ ਭਾਈ। ਕਿੰਨਾ ਦੁੱਧ ਸਾਰੇ ਦੇ ਕੋਲ? 2,20,000 ਬੋਲ ਹੋਵੇ ਤੇ ਦੁੱਧ 10 ਡੱਬੇ ਹੋਵੇ ਮੈਂ ਥੱਲੇ ਇਹ ਟੋਚੇ ਸਮੇਤ 11 ਡੱਬੇ ਵਿੱਚ ਭਰਾ ਨੇ ਮਿਲਣਾ ਤੇ 10 ਡੱਬੇ ਮਿਲ ਕੇ ਦੇਵਾਂਗਾ ਤੁਹਾਡੇ। ਬੱਚੇ ਸਮੇਤ ਦੋਵਾਂ ਟਾਈਮਾਂ ਦਾ ਟੋਟਲ 11 ਕਿਲੋ, ਇਹ ਕੀਮਤ ਸਿਰਫ 2,20,000 ਅੱਗੇ ਆ ਗਈ ਜੀ ਨੰਬਰ 5 ਤੇ, ਆਹ ਚੈੱਕ ਕਰੋ ਮਾਸ਼ਾਅੱਲਾ। ਕਿੰਨਵਾਂ ਸੁਆ ਭਾਈ ਇਸ਼ਫਾਕ ਦਾ? ਸਿੰਧਨ ਨਸਲ ਖਿਲਾਰ ਹੈ ਭਾਈ ਜਾਨ। ਲੋ ਜੀ ਦੋਸਤੋ ਨੰਬਰ ਆ ਗਈ ਹੈ 5 ਤੇ, ਤੀਸਰਾ ਸੂਆ ਸਿੰਧਨ ਨਸਲ ਬਾਈ ਜਾ, ਹੱਥੀ ਖਿਲਾਰੋ ਜ਼ਰਾ ਥਾਣਾ ਦੋਸਤੋ ਚੈੱਕ ਕਰਾਂਗੇ ਮਾਸ਼ਾਅੱਲਾ। ਕਿੱਦਾਂ ਦੀ ਸੂਈ ਹੈ ਭਾਈ ਇਸ਼ਫਾਕ? ਕਿੱਦਾਂ ਦੀ ਸੂਈ ਹੈ ਬਾਈ ਜਾਨ? ਤੀਸਰਾ ਦਿਨ ਫਿਲਹਾਲ ਬੋਲੇ ਤੇ ਤੀਸਰਾ ਹੀ ਸੂਆ ਸਿੰਧਨ ਨਸਲ, ਹਾਈਟ ਚੰਗੀ ਹੈ। ਠੀਕ ਹੈ, ਪੁੱਠਾ ਵੀ ਦੋਸਤਾਂ ਵੇਖ ਲੈਣਾ ਜੀ ਜੀ ਭਾਈ ਲਵਾ ਲਿਆ ਚੱਕਰ ਇੱਕ। ਫਿਲਹਾਲ ਬੋਲੇ ਤੇ ਤੀਸਰਾ ਦਿਨ ਸਿੰਧਨ ਨਸਲ ਮੱਝ ਨੰਬਰ ਹੈ ਜੀ 5 ਖਿਲਾਰ ਹੈ ਭਾਈ ਇੱਥੇ। ਲੋ ਜੀ ਦੋਸਤੋ ਚੈੱਕ ਕਰੋ ਮਾਸ਼ਾਅੱਲਾ, ਕੱਟੀ ਵੀ ਦੋਸਤਾਂ ਵੇਖ ਲੈਣੀ ਹੈ ਜਿਹੜੀ ਭਰਾਵਾਂ ਪਤਾ ਕੱਚੀ ਮੈਂ ਹੋਰ ਦੱਸਾਂ ਦੇਣਾ ਬਾਅਦ ਚੋਂ, ਮੈਂ 12-13-14 ਕਿਲੋ ਮੈਂ ਇਸਨੇ ਖੰਘ ਛੱਡਣਾ ਲੈ ਮੇਰੇ ਬੰਦੇ ਇਨਸ਼ਾਅੱਲਾ ਤੇ ਕਰਾਓ ਸ਼ੌਂਕ ਭਰਾਵਾਂ ਨੂੰ। ਲਓ ਰੇਟ ਭਾਈ ਰਾਜ ਭਾਈ ਜਿਹੜੇ ਮੇਰੇ ਭਰਾ ਨੀ ਬਜ਼ੁਰਗ ਨੂੰ ਚੰਗੀ ਲੱਗੀ ਨਾ 2,30,000 ਦੋਸਤਾਂ ਫਿਰ ਵੇਖ ਲੈਣੇ ਨੰਬਰ 5 ਤੇ ਚੈੱਕ ਕਰਾਈਏ ਸਿੰਧ ਨਸਲ ਚੰਗਾ ਵੇਖੋ ਕਦ ਮਾਸ਼ਾਅੱਲਾ ਲਾਮ ਵੀ ਚੰਗੀ ਸਿਹਤ ਅੱਛੀ ਅੱਗੇ ਆ ਗਈ ਜੀ ਨੰਬਰ 6 ਤੇ ਨਸਲੀ ਨੀ ਫਿਰਾਜ ਭਾਈ ਵੇਖੋ ਪੂਛਣ ਮਾਸ਼ਾਅੱਲਾ ਛੋਟੀ ਦੀ ਇਹ ਚੈੱਕ ਕਰ ਲਓ ਜੀ ਬਰੀਕ ਪੂਛਣ। ਠੀਕ ਅੱਗੇ ਲੋ ਜੀ ਦੋਸਤੋ ਨੰਬਰ ਆ ਗਈ ਹੈ 6 ਤੇ, ਕਿੰਨਵਾਂ ਸੂਆ ਦਾ ਪਹਿਲਨ ਕਿ ਦੂਸਰਾ? ਜੀ ਜੀ 2-2-4-5 ਹੋ ਗਈਆਂ ਨਾ ਵੀਰ ਜੀ ਤੇ ਚੌਣਾ ਪੈਕੇਜ ਲਵਾਉਣਾ ਭਰਾਵਾਂ ਸ਼ੌਂਕ ਰਾਣਾ ਜਿਹੜਾ ਨਾ ਇਹ ਵੀ ਜ਼ਰੂਰ ਰੱਖਾ ਵਾਗੇ ਕੋ ਪੈਕੇਜ ਲੱਗਿਆ ਕਿ ਨਹੀਂ ਲੱਗਾ। ਅੱਛਾ ਇਹ ਚੈੱਕ ਕਰਵਾਉਣੀ ਨਹੀਂ ਹਾਂਜੀ ਪੈਕੇਜ ਲਾਹੜਨਾ ਪਹਿਲਾਂ ਕਿਹੜੀ ਚੌਣਾ ਕੈਮਰਾ ਮਾਰੋ ਨਾ ਫਿਰ ਟੋਰ ਕੇ ਬਾਹਰ। ਠੀਕ ਇਹ ਵੀ ਜੀ ਨੰਬਰ 6 ਤੇ, ਇਹ ਨੰਬਰ 7 ਤੇ, ਇਹ ਨੰਬਰ 8 ਤੇ, ਇਹ ਨੰਬਰ 9 ਤੇ, ਯਾਨੀ 6, 7, 8 ਤੇ 9 ਚੌਂ ਦਾ ਲੱਗਣ ਲੱਗਾ ਪੈਕੇਜ। ਪੈਕੇਜ ਦੀ ਵਜ਼ਾਹਤ ਕਰ ਦਿਓ ਭਾਈ ਇਸ਼ਫਾਕ। ਪੈਕੇਜ ਵੀਰ ਮੇਰਾ ਇਹ ਵੇ ਕਿ ਭਰਾਵਾਂ ਨੂੰ ਸ਼ੌਂਕ ਰਾਣਾ ਠੀਕ ਹੈ ਜੀ ਜੀ ਮਾਈਆਂ ਹੁੰਦੀਆਂ ਰਹਿੰਦੀਆਂ ਨੇ ਤੇ ਇਹ ਜ਼ਰੂਰ ਕਹਿਣ ਭਰਾ ਕੇ ਵਾਕਈ ਫੋਨ ਕਰਕੇ ਕਮੈਂਟ 'ਚ ਵੀ ਕਹਿ ਦੇਣ ਮੈਂ ਰਾਜ਼ੀ ਹਾਂ ਭਰਾਵਾਂ ਦੇ, ਅਤੇ ਜੇ ਭਰਾ ਵੀ ਨਾ ਰਾਜ਼ੀ ਹੁੰਦੇ ਉਹ ਵੀ ਕਹਿਣਾ ਕਹੀਂ ਨਹੀਂ ਰਾਜ਼ੀ ਤੇਰੇ ਪੈਕੇਜ ਦੇ। ਵੀਰ ਜੀ ਜਿਹੜਾ ਭਰਾ 4 ਮਹੀਆਂ ਲਵੇ ਝੋਟੀਆਂ, 2 ਝੋਟੀਆਂ ਪਹਿਲਾਂ ਸੂਏ ਨੇ ਪਰ ਝੋਟੀ ਦੂਜਾ ਸਵਾ ਵਿਚਲੀ ਮੈਂ ਤੀਸਰਾ ਸਵਾ। ਠੀਕ ਹੈ,
ਟੋਟਲ 3-4 ਮਹੀਨੇ ਜਿਹੜਾ ਭਰਾ ਚਾਰੇ ਇਕੱਠੀਆਂ ਲਵੇ ਤੇ 90-90 ਹਜ਼ਾਰ ਦੀ ਦੇਵਾਂਗੇ 1,00,000 90 ਹਜ਼ਾਰ ਦੀ ਫੀ ਜਾਨਵਰ ਇੱਕ ਚਾਰੇ ਜਿਹੜਾ ਇਕੱਠੀਆਂ ਲਵੇ 90-90 ਦੇਵਾਂਗੇ ਜੇ ਅਗਰ ਕੱਲੀ ਕੱਲੀ ਕੇ ਭਰਾ ਲਈ ਤੇ 1,95-95 ਦੇ ਦੇਵਾਂਗਾ ਠੀਕ ਹੈ 1,95,95 ਦੇ ਚਾਰੇ ਇਕੱਠੇ ਲਏ ਤੇ 1,90,90 ਦੇ ਦੇਵਾਂਗਾ ਚਾਰੇ ਪੈਗਾ ਜਾਵੇਗੀ ਠੀਕ ਹੈ ਅਗਰ ਕੋਈ ਦੋਸਤ ਇੱਕ ਇੱਕ ਲਿੰਦਾ ਤੇ ਫਿਰ ਕੀਮਤ 1,95,000 ਫੀ ਜਾਨਵਰ ਅਗਰ ਕੋਈ ਦੋਸਤ ਇਕੱਠੀਆਂ ਨੇ ਦੋਵਾਂ ਮਾਰ ਇਕੱਠੀਆਂ ਪਹਿਲਾਂ ਮਾਰ ਠੀਕ ਹੈ ਆ ਗਈ ਜੀ ਨੰਬਰ 6 ਤੇ ਇਹ ਪਹਿਲਾਂ ਨੇ ਜੀ ਕਿਦਾਂ ਦੀ ਸੂਈ ਹੈ ਥਾਣ ਦੋਸਤਾਂ ਚੈੱਕ ਕਰਾ ਦਿੰਦੇ ਮਾਸ਼ਾਅੱਲਾ ਐ ਚੈੱਕ ਕਰੋ ਜੀ ਕੀਮਤ ਦੋਸਤਾਂ ਦਾ ਛੜੀ ਸਿਰਫ 1,00,000 ਤੇ 90,000 ਅਗਰ ਕੋਈ ਚਵੇਂ ਇਕੱਠੀਆਂ ਲੈਂਦਾ ਅਗਰ ਕੱਲੀ ਲੈਂਦਾ ਫਿਰ 1,95,000 ਪਹਿਲਾਂ ਝੋਟੀ ਹੈ ਨੰਬਰ 6 ਤੇ ਆ ਗਈ ਪਿੱਛੇ ਤੇ ਕੱਟੀ ਐ ਚੈੱਕ ਕਰੋ ਮਾਸ਼ਾਅੱਲਾ ਕੱਟੀ ਵੀ ਦੋਸਤਾਂ ਵੇਖ ਲੈਣੀ ਭਾਈ ਇਸ਼ਫਾਕ ਕਿਦਾਂ ਦੀ ਸੂਈ ਹੈ ਚੌਥਾ ਪੰਜਵਾਂ ਦਿਨ ਕਿੰਨਾ ਬੋਲਾ ਦੇ ਕੋਲ ਸਾਹਿਬ ਜੀ ਥੱਲੋਂ ਮੈਂ ਕੋ ਦੋ ਬੌਲਾ ਜਿਹੜਾ ਨਾਲ ਚਾਹੁੰਦਾ ਸੀ ਬੱਚੇ ਨੂੰ ਅਗਲੇ ਦੋ ਸਾਲ ਜੰਗਾ ਕੇ ਤੇ ਪਿਛਲੇ ਜੋੜੀ ਨੂੰ 7 ਕਿਲੋ ਚੋਣੇ ਪਏ ਠੀਕ ਹੈ ਯਾਨੀ ਕਿ ਜਾ ਨੂੰ ਪਲਾ ਕੇ ਕੱਟੀ ਨੂੰ ਪਲਾ ਕੇ ਦੋਵਾਂ ਟਾਈਮਾਂ ਦਾ 7 ਕਿਲੋ ਪਿਛਲੀ ਜੋੜੀ ਦਾ ਯਾਨੀ ਕਿ ਇਹ ਕੀਮਤ ਦੋਸਤਾਂ ਦਾ ਛੜੀ ਹੈ ਨੰਬਰ ਹੀ 6 ਤੇ ਇਹ ਪਹਿਲਨ ਝੋਟੀ ਹੈ ਪੁੱਠਾ ਵੀ ਦੋਸਤਾਂ ਵੇਖ ਲੈਣਾ ਸਿਹਤ ਚੰਗੀ ਹੈ ਮਾਸ਼ਾਅੱਲਾ ਫਰਿਆਦ ਭਾਈ ਭਰਾਵਾਂ ਨੇ ਸ਼ੌਕ ਰਹਿਣਾ ਜਿਹੜੇ 4 ਪੈਕੇਜ ਪਾਈਆਂ ਨੇ 2 ਝੋੜੀਆਂ ਪਹਿਲਾਂ ਸੂਈਆਂ ਨੇ ਜੀ ਜੀ ਜਿਹੜੀ ਦੂਸਰੇ ਸੂਬਾ ਵਾਲੀ ਉਹ ਵੀ ਦੂਸਰਾ ਜਿਹੜਾ ਸੂਬਾ ਜਿਹਨੇ ਸੁਣਾ ਉਹ ਸੂਣ ਵਾਲੀ ਉਹ ਵੀ ਗੱਬਾ ਨੇ ਤੇ ਤੀਸਰਾ ਸੂਬਾ ਇਹ ਸੁਣਾ ਇਹ ਵੀ ਗੱਬਣ ਇਹ ਆ ਗਈ ਨੰਬਰ 7 ਤੇ ਇਹ ਵੀ ਸੂਈ ਹੈ ਪਹਿਲਾ ਸੂਆ ਜੀ ਲੋ ਜੀ ਦੋਸਤੋ ਆ ਚੈੱਕ ਕਰੋ ਮਾਸ਼ਾਅੱਲਾ ਜੀ ਭਾਈ ਇਮਰਾਨ ਅਸਾਂ ਜ਼ਰਾ ਸੋਹਣੀ ਕਰਕੇ ਖਿਲਾ ਰਹੇ ਹਾਂ ਝੋਟੀ ਨੰਬਰ ਆ ਗਈ ਹੈ ਜੀ 7 ਪਹਿਲਨ ਝੋਟੀ ਹੈ ਹਾਈਟ ਦੀ ਵੇਖ ਲੈਣੀ ਕੱਦ ਚੈੱਕ ਕਰਨਾ ਹੈ ਕਰਾਨੇ ਪਏ ਨੇ ਕਿ ਮਸਕ ਉਹ ਕੱਦ ਚੈੱਕ ਕਰਨਾ ਮਾਸ਼ਾਅੱਲਾ ਜੀ ਭਾਈ ਇਹਦਾ ਚਿਹਰਾ ਵੀ ਸਾਹਮਣੇ ਕਰ ਦਿਓ ਦੋਸਤੋ ਝੋਟੀ ਦਾ ਚਿਹਰਾ ਵੀ ਵੇਖ ਲੈਣਾ ਭਾਈ ਮਾਪੀ ਵੀ ਕੱਟੀ ਤੇ ਮਗਰ ਵੀ ਕੱਟੀ ਠੀਕ ਐ ਚੈੱਕ ਕਰੋ ਜੀ ਪਿੱਛੇ ਤੇ ਕੱਟੀ ਠੀਕ ਭਾਈ ਹਲਕਾ ਜਿਹਾ ਚੱਕਰ ਲਵਾ ਕੇ ਲਿਆਓ ਕਿੰਨਾ ਦੁੱਧ ਇਹਦੇ ਕੋਲ ਰਾਜ ਭਾਈ ਥਲੇ ਜਿਹੜਾ ਨਾ ਬੱਚੇ ਨੂੰ ਚੰਗਾ ਕੇ ਅਗਲੇ ਦੋ ਥਾਂ ਚੰਗਾ ਕੇ ਪਿਛਲੇ ਥਾਂ 8 ਕਿਲੋ ਦੇ ਬੜੇ ਝੋਨੇ ਪਿਆ ਬੜੇ ਹੀ ਨਿਕਲ ਗਿਆ ਪਰ ਅੱਜ ਦੂਸਰਾ ਦਿਨ ਹੋ ਗਿਆ ਠੀਕ ਹੈ ਜੀ ਇਹ ਜਾ ਨੂੰ ਪਲਾ ਕੇ ਦੋਵਾਂ ਟਾਈਮਾਂ ਦਾ ਟੋਟਲ 8 ਕਿਲੋ ਪਿੱਛੇ ਦੇ ਕੱਟੀ ਦੋਸਤਾਂ ਨੂੰ ਵੀ ਚੈੱਕ ਕਰਾ ਦਿੱਤੀ ਹੈ ਕੀਮਤ ਅਗਰ ਕੋਈ ਦੋਸਤਾਂ ਨੂੰ ਆਲਰੇਡੀ ਦੱਸਿਆ 1,90,000 ਹੈ ਜਿਹੜਾ ਪੈਕੇਜ ਅਗਰ ਕੱਲੀ ਲੈਣੀ ਫਿਰ 1,95,000 ਝੋਟੀ ਨੰਬਰ 7 ਸੀ ਪਹਿਲਨ ਅੱਗੇ ਆ ਗਈ ਨੰਬਰ 8 ਤੇ ਪਹਿਲਵਾਨ ਚੀਜ਼ ਤੇ ਇਹਦਾ ਵੀ ਰੇਟ ਸਿਰਫ 1,00,000 ਫਰਿਆਦ ਭਾਈ ਇਹ ਮੇਰੀ ਝੋਟੀ ਨੂੰ ਤੂੰ ਢਿੱਲੀ ਨਹੀਂ ਹੋਈ ਇਹ ਪਤਾ ਨਹੀਂ ਮੈਂ ਸੁਣਦਾ ਇਹ ਮੈਂ 2.25 ਦੀ ਬਾਹਰੋਂ ਅੱਜ ਦੀ ਡੇਟ ਦੇ ਲੱਭ ਜਦੋਂ ਮੈਂ ਭਰਾਵਾਂ ਤੇ ਰਾਜੀ ਮੈਨੂੰ ਕੋਈ ਲੈ ਦੇਵੇ ਆ ਸਿਰਫ 1,90,000 ਦੀ ਦੇ ਰਹੀ ਪੈਕੇਜ ਦੇ ਵਿੱਚ ਆਈ ਹੈ ਕੀ ਹਾਲ ਹੈ ਸਸਤਾ ਪੈਕੇਜ ਲੱਗ ਗਿਆ ਨਾ ਦੇਖੋ ਚੱਬਾ ਚੱਬਾ ਮੈਂ ਪਿਛਾ ਨਿਕਲੀ ਹੈ ਹਈਏ ਮੇਰੀ ਮੈਂ ਨੂੰ ਸੁਣਦਾ ਕੋਈ ਪਤਾ ਨਹੀਂ ਤੀਸਰਾ ਸੁਆ ਨੇ ਸੁਣਾ ਜੀ ਦਿਨ ਕਿੰਨੇ ਕੁ ਲੈਂਦੀ ਹੈ ਫਿਰਿਆਦ ਭਾਈ ਮੇਰੇ ਅੱਲਾ ਨੇ ਚਾਹਿਆ ਨੇ ਦਿਨ 7-8 ਲੈ ਜਾਣੇ ਨੇ ਤੇ ਲਿਖਣਾ ਹੈ ਕਿ ਕਲਾਵੇ ਚ ਮੱਝ ਆ ਜਾਏਗੀ ਇਨਸ਼ਾਅੱਲਾ ਆਨੀ ਲਬਾਸ ਤੋਂ ਹੁਣ ਵੀ ਸੋਹਣਾ ਕਰ ਗਈ ਹੈ ਵੱਡੀ ਜੀ ਸਾਮਤ ਵਾਲਾ ਜਾਨਵਰ ਹੈ ਮੱਝ ਨੰਬਰ 8 ਗੱਬਣ ਮੱਝ ਖਿਲਾ ਰਹੇ ਹੋ ਜੀ ਚਿਹਰਾ ਦੋਸਤਾਂ ਵੇਖ ਲੈਣਾ ਬੱਗੀ ਮੁੱਛ ਖਿਲਾਰੋ ਭਾਈ ਇਮਰਾਨ ਨੇ ਚਿਹਰਾ ਦਾ ਸਾਹਮਣੇ ਕਰੋ ਜੀ ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ ਇਹ ਦਿਨ ਕੋਈ 8 ਕਿ ਲੈਂਦੀ ਹੈ ਭਾਈ ਗੱਬਣ ਹੈ ਹਾਈਟ ਤੇ ਲਾਮ ਦੋਸਤਾਂ ਵੇਖ ਲੈਣੀ ਹੈ ਥਾਣੀ ਦੋਸਤਾਂ ਚੈੱਕ ਕਰਾ ਦਿੰਦੇ ਭਾਈ ਸ਼ੌਂਕ ਰਾ ਪਿੱਛੂ ਦੇ ਥਾਣ ਕਿੱਥੇ ਕਿੱਥੇ ਲੱਗਾ ਮੈਨੂੰ ਤੇ ਮਾਜੀ ਆਖਾਂਗੇ ਜੇ ਮਾਜੇ ਤੇ ਜੀ ਜੀ ਖਿਲਾ ਰਿਹਾ ਭਾਈ ਇੱਥੇ ਕੋਈ ਦੋਸਤ ਪੂਰਾ ਸ਼ੌਂਕ ਰਣਾ ਭਰਾਵਾਂ ਨੂੰ ਖਿਲਾ ਰਿਹਾ ਭਾਈ ਫਿਰਨਾ ਦੇ ਵਿੱਚ ਤੇ ਮੁੱਠੀ ਥਾਂ ਦਾ ਇਹ ਧਾਰਾ ਮੈਨੂੰ ਕੋਈ ਪਤਾ ਨਹੀਂ 8-10 ਦਿਨ ਮੈਂ ਲਾਈਣਾ ਤੇ ਪੂਰਾ ਮੇਲਾ ਲਾ ਛੜੇ ਕੇ ਲਾ ਠੀਕ ਹੈ ਖਿਲਾ ਰਿਹਾ ਭਾਈ ਮਲਕ ਸਾਹਿਬ ਅੱਗੇ ਚੈੱਕ ਕਰੋ ਲੋਈ ਦੋਸਤ ਆ ਚੈੱਕ ਕਰ ਲਓ ਮਾਸ਼ਾਅੱਲਾ ਥਾਂ ਦੋਸਤਾਂ ਫਿਰ ਵੇਖ ਲੈਣੇ ਧੁਨੀ ਦਾ ਮੈਨੂੰ ਨਿਸ਼ਾਨੀ ਆ ਚੈੱਕ ਕਰੋ ਮਾਸ਼ਾਅੱਲਾ ਜੀ ਥਾਂ ਦੋਸਤਾਂ ਦੇ ਸਾਹਮਣੇ 8 ਕਿ ਦਿਨ ਲੈਂਦੀ ਵੀ ਚਿਹਰਾ ਵੀ ਦੋਸਤਾਂ ਵੇਖ ਲੈਣਾ ਠੀਕ ਭਾਈ ਜਾਨ ਕੀਮਤ ਆ ਦੀ ਇਹ ਪੈਕੇਜ ਦੇ ਹਿਸਾਬ ਨਾਲ 1,90,000 ਤੇ ਅਗਰ ਕੱਲੀ ਆ ਲੈਣੀ ਫਿਰ 1,95,000 ਨੰਬਰ 8 ਤੇ ਚੈੱਕ ਕਰਾਈਏ ਮਾਸ਼ਾਅੱਲਾ ਜੀ ਗੱਬਣ ਭਾਈ ਮੱਝਾਂ ਵੀ ਟੁਕੀਆਂ ਤਿਆਰ ਹੋਈਆਂ 1,90,000-95,000 ਦੀਆਂ ਲੱਭਦੀਆਂ ਨੇ
ਸੋਹਣੇ ਰੇਟ ਨੇ ਮਾਸ਼ਾਅੱਲਾ ਨਾ ਤੇ ਪਿੰਡਾਂ 'ਚ ਫਿਰਕ ਲਿਆਉਂਦੇ ਹਾਂ। ਇਹਦੇ ਵਿੱਚ ਵੀ ਮੇਰਾ ਲੜ ਜਾ ਕੇ ਰੋਜ਼ ਦੀ ਝਲਾਰਕਾਂ ਨਹੀਂ ਰੱਖੀ ਜਾਂਦੀ, ਫਿਰ ਵੀ ਚਲੋ ਗੁਜ਼ਾਰਾ ਕਰਨੇ ਪਏ, ਲੇਕਿਨ ਇਹ ਕਿ ਭਰਾਵਾਂ ਨਾਲ ਸ਼ਾਮ ਕਰਾਉਣੇ ਪਏ। ਜ਼ਿੰਦਾਬਾਦ ਥੱਲੋਂ ਚੈੱਕ ਕਰਾਓ ਹਮੇ, ਆਹ ਚੈੱਕ ਕਰੋ ਮਾਸ਼ਾਅੱਲਾ, ਇੰਨੇ ਦੀਆਂ ਤਾਂ ਗਾਈਆਂ ਨਹੀਂ ਲੋਕੀ ਦਿੰਦੇ ਪਏ, ਦੇਸੀ ਗਾਈਆਂ 1,80,000-70,000 ਦੀਆਂ ਵਿਕਦੀਆਂ ਨੇ। ਨਹੀਂ ਸੋਹਣੇ ਰੇਟ ਨੇ ਮਾਸ਼ਾਅੱਲਾ ਜੀ, ਅੱਛਾ ਕੰਮ ਹੈ। ਅੱਗੇ ਆ ਗਈ ਹੈ ਜੀ ਨੰਬਰ, ਇਹ 9 ਤੇ ਜੀ, ਇਹ ਗੱਬਰ ਨੇ ਦੂਸਰਾ ਸੂਆ ਨੇ ਸੁਣਿਆ, ਦੂਸਰਾ ਸੂਆ ਸੁਣਿਆ, ਕੱਚੀ ਹੈ ਲੈਂਦੇ ਨੇ, ਕਿੰਨੇ ਕੁ ਲੈਂਦੀ ਹੈ ਭਾਈ? ਇੱਥੇ ਖਿਲਾਰੋ, 20-25 ਦਿਨ ਲੈਂਦੀ ਹੈ ਭਾਈ ਜੀ ਝੋਟੀ ਨੰਬਰ 9 ਚਿਹਰਾ ਦੋਸਤਾਂ ਵੇਖ ਲੈਣਾ ਦੂਸਰਾ ਸੂਆ ਥੋੜੀ ਲਿੱਸੀ ਹੈ ਠੀਕ ਹੈ ਸੇਵਾ ਨਹੀਂ ਹੋਈ ਲੇਕਿਨ ਘਬਰਾ ਗਿਆ ਵੀ ਤੀਸਰਾ ਸੂਆ ਤੇ ਉਹ ਮੈਂ ਨਹੀਂ ਮੰਨਾਂਗਾ ਠੀਕ ਹੈ ਦੂਸਰਾ ਸੂਆ ਛੱਕਣ ਪਰ ਭਰਾਵਾਂ ਸ਼ੌਂ
ਭਰਾ ਸ਼ਾਮ ਚਾਰ ਦਿਨ ਸੇਵਾ ਕਰ ਲਵੇ ਤੇ ਚੰਗੀ ਕਰਮ ਵਾਲੀ ਨਾ ਠੀਕ ਹੈ ਦੁੱਧ ਕੀਮਤ ਦੀ ਵੀ 1,00,000 ਤੇ 90,000 ਠੀਕ ਹੈ ਅਗੂ ਭਾਈ ਲਿਆਓ ਜੀ ਗਾਂ ਲੋ ਜੀ ਦੋਸਤੋ ਭਾਈ ਦੇ ਸ਼ਕਲ ਵਾਓ ਦੇਖੋ ਜਿੱਥੋਂ ਕੱਢ ਕੇ ਲਿਆਂਦੀ ਨਾ ਉੱਥੇ ਐ ਵੇਖੋ ਸੇ ਪਾਏ ਕੱਖ ਨਹੀਂ ਗਏ ਦੇਖੋ ਪਛਾਣ ਕਿਵੇਂ ਖਿੱਚ ਕੇ ਖੜਦੀ ਹੈ ਦਵਾਉਂ ਦਿੰਦੀ ਹੋਣੀ ਤੁਹਾਨੂੰ ਸੇਰ ਉਸੇ ਵੇਖੋ ਹਾਂਜੀ ਇਹਨੂੰ ਰਾਜ ਕੇ ਬਠੇ ਲੱਭੇ ਤੇ ਸਹੀ ਉਹ ਦੋਂ ਚੋਂਦਣਾ ਝੋਟੀ ਪਛਾਣੀਆਂ ਜਾ ਕੇ ਇਨਸ਼ਾਅੱਲਾ ਠੀਕ ਹੋ ਗਾਵਾਂ ਦੋ ਹੀ ਨੇ ਠੀਕ ਹੈ ਜੀ ਇਹ ਪੈਕੇਜ ਦੋਸਤਾਂ ਨੂੰ ਸਾਥ ਕਰ ਦਿੱਤੇ ਦੋਏ ਇੱਕ ਉੱਪਰ ਦੀ ਪਹਿਲਾ ਸੁਭਾਅ ਤੇ ਦੂਜੀ ਦੂਜਾ ਸੁਭਾਅ ਦੀ ਪਹਿਲੇ ਨੰਬਰ ਆਈ ਪਹਿਲਾ ਦੋਵੇਂ ਸੁਈਆਂ ਨੇ ਜੀ ਇੱਕ ਮਾਰਾ ਬੱਚਾ ਜੇ ਤੇ ਇੱਕ ਮਾਰ ਬੱਚੀ ਜੇ ਲਿਆਓ ਭਾਈ ਇਮਰਾਨ ਕਿਉਂਕਿ ਗਾਈਆਂ ਲੈ ਨੰਬਰ ਇੱਕ ਦੇ ਮਗਰਾ ਬੱਚਾ ਇਹ ਚੱਕ ਮਾਸ਼ਾਅੱਲਾ ਗਾਈਆਂ ਮੇਰੇ ਕੋਲ 6-7 ਹਨ 4 ਗਾਈਆਂ ਤੁਹਾਨੂੰ ਦੱਸਿਆ ਨਹੀਂ ਭਰਾ ਹਾਂਜੀ ਅੱਲਾ ਦਾ ਸ਼ੁਕਰ ਹੈ ਕਿ ਗਾਵਾਂ ਦਾ ਕੰਮ ਸ਼ੁਰੂ ਹੋ ਗਿਆ 4-5 ਵੀਡੀਓ ਹੋ ਗਈਆਂ ਨੇ ਤੁਸੀਂ ਜਾਨਵਰ ਅਜਿਹੀਆਂ ਗਾਵਾਂ ਨੇ ਵੀ ਸ਼ਾਮਿਲ ਕਰ ਦਿਓ ਵੀ ਗਾਂ ਨੰਬਰ 1 ਦੂਸਰਾ ਸੁਆ ਸੂਈ ਹੈ ਜੀ ਪਿੱਛੇ ਦੇ ਬੱਚਾ ਭਾਈ ਇਮਰਾਨ ਖਿਲਾ ਰਿਓ ਲਓ ਜੀ ਦੋਸਤੋ ਪ੍ਰਿੰਟ ਦਾ ਵੇਖ ਲੈਣਾ ਮੁਕੰਮਲ ਜੀ ਸਮਤ ਵੀ ਚੈੱਕ ਕਰਨੀ ਹੈ ਤੁਹਾਨੂੰ ਦੋਸਤਾਂ ਨੂੰ ਚੈੱਕ ਕਰਾ ਦਿੰਦੇ ਹਾਂ ਕਿਦਾਂ ਦੀ ਸੂਈ ਹੈ ਚੁੰਗੀ ਸਿੰਘ ਵੀ ਦੋਸਤਾਂ ਵੇਖ ਲੈਣ ਤੇ ਕੀ ਮਿਸਾਲ ਬਣੀ ਹੈ ਭਾਈ ਸ਼ਫਾਕ ਉਹ ਤੇ ਦੱਸੀ ਨਹੀਂ ਜੇ ਝੁੰਗੀ ਦੀ ਕੀ ਬਣੀ ਹੈ ਝੁੰਗੀ ਗਾਂ ਹੋਵੇ ਤੇ ਮੀਣੀ ਮੱਝ ਹੋਵੇ ਸਮੁੰਦਰੋਂ ਪਾਰ ਹੋਵੇ ਤੇ ਪੁੱਛਾਂ ਦੀ ਲੋੜ ਨਹੀਂ ਲੈਣੀ ਚਾਹੀਦੀ ਠੀਕ ਕੀ ਸ਼ਾਇਦ ਉਹਨੂੰ ਪਰਖਾਂ ਦੀ ਲੋੜ ਨਹੀਂ ਦੁੱਧ ਕਿੰਨਾ ਦੇ ਰਹੀ ਹੈ ਤੇ ਫਰਿਆਦ ਭਾਈ ਦੋਦੇ ਥਲੋਂ ਇਸ ਟਾਈਮ ਅਸੀਂ 8 ਕਿਲੋ ਝੋਨੇ ਪਏ ਬੱਚੇ ਨੂੰ ਛੱਡ ਕੇ ਬੱਚੇ ਨੂੰ ਪਲਾ ਕੇ 8 ਕਿਲੋ 8 ਕਿਲੋ ਤੇ ਜਿਹੜੇ ਮੇਰੇ ਭਰਾ ਨੂੰ ਚੰਗਾ 8 ਦੀ ਬਜਾਏ ਮੈਂ 7.5 ਦੱਸ ਦਿੰਦਾ ਵਾਂ 7.5 ਸਹੀ ਹੈ ਭਰਾ ਕੋ ਭਾ ਵਾਧੀ ਹੋਏ ਤੇ ਭਰਾ ਖਣਵਾ ਕੇ ਵੇਚ ਦੀ ਗੱਲ ਠੀਕ ਹੈ ਰੇਟ ਲਾ ਉਹਦਾ ਰੇਟ ਫਰਿਆਦ ਭਾਈ ਮੱਛੀ ਦਾ ਰੇਟ 1,30,000 ਹੀ ਦੇੜਾਂਗੇ ਜਿਹੜੇ ਭਰਾ ਨੂੰ ਚੰਗੀ ਲੱਗੇ ਬਜ਼ੁਰਗ ਨੂੰ 1,30,000 ਕਰਾ ਦੇ ਸ਼ੌਕ ਤੇ ਕਰਾ ਭਰਾ ਨੂੰ ਲੋ ਜੀ ਦੋਸਤੋ ਕੀਮਤ ਡਿਮਾਂਡ 1,30,000 7.5 ਕਿਲੋ ਦੁੱਧ ਭਾਈ ਬੱਚੇ ਨੂੰ ਪਲਾ ਕੇ ਮੈਂ ਮੁੱਲ ਲੈਣਾ ਨਾ ਤੁਸੀਂ ਮੇਰੇ ਮੂੰਹ ਨੂੰ ਦੇਖਣ ਲੱਗ ਪਏ ਤੇ ਮੈਂ ਨਾ ਨਹੀਂ ਮੇਰੇ ਭਰਾ ਨੂੰ ਡੰਗ ਜਾਨਵਰ ਵਹਾ ਮੇਰਾ ਆਨੇ ਪਰੇਸ਼ਾਨ ਹੋਈਆਂ ਨੇ ਕਿ ਵਾਕਈ ਭਰਾ ਜਾਨਵਰ ਵੇਖ ਕੇ ਖੁਸ਼ ਹੋਣਾ ਮੈਨੂੰ ਵੀ ਮੈਨੂੰ ਤੇ ਰੋਈ ਵੇਣਾ ਲੋ ਜੀ ਦੋਸਤੋ ਕੀਮਤ 1,30,000 ਬਰੀਡ ਵੀ ਚੀਏ ਵਿੱਚ ਚੁੱਲਸਾਨੀ ਗ੍ਰਾਸ ਆ ਗਿਆ ਅੱਗੇ ਆ ਗਈ ਜੀ ਗਾਂ ਨੰਬਰ 2 ਲੋ ਜੀ ਦੋਸਤੋ ਆ ਚੈੱਕ ਕਰੋ ਮਾਸ਼ਾਅੱਲਾ ਜੀ ਯਾਦ ਭਾਈ ਪਹਿਲਾ ਸਵਾਰ ਦੇ ਮੁੱਠੀ ਥਣ ਮੱਝਾਂ ਦੇ ਥਣ ਹੋਣ ਵੜੀ ਸਿਹਤ ਵੀ ਚੰਗੀ ਹੈ ਲਾਮ ਵੀ ਚੰਗੀ ਹੈ ਤੇ ਪਹਿਲਨ ਆ ਚੈੱਕ ਪਿੱਛੇ ਦੇ ਬੱਚੀ ਜੀ ਕਿਦਾਂ ਦੀ ਸੂਈ ਜਿਆ ਕੱਦ ਚੰਗਾ ਲਾਮ ਚੰਗੀ ਹੁਸਣ ਚੰਗਾ ਇਹ ਚੈੱਕ ਕਰੋ ਮਾਸ਼ਾਅੱਲਾ ਜਿਹੜੀ ਚੀਜ਼ ਪਿੱਛੇ ਵੀ ਦੋਸਤਾਂ ਵੀ ਵੇਖਣੀ ਤੇ ਨਾੜੂ ਵੀ ਨਜ਼ਰ ਹੁੰਦਾ ਪਿਆ ਭਾਈ ਇਹ ਨਾੜੂ ਦਾ ਚੈੱਕ ਕਰਾਇਓ ਫਿਰ ਭਾਈ ਨਾੜੂ ਨਾਲ ਠੀਕ ਹੈ ਇਹ ਚੈੱਕ ਕਰ ਲਓ ਚੌਥਾ ਦਿਨ ਵੜੀ ਨੂੰ ਸੁਣਾ ਅੱਜ ਬਾਅਦ ਚ ਦੁੱਧ ਬਣ ਗਿਆ ਵੜੀ ਦਾ ਠੀਕ ਹੈ ਠੀਕ ਤੇ ਫਿਰ ਭਾਈ ਇਸ ਟਾਈਮ 8 ਕਿਲੋ ਦੁੱਧ ਵੜੀ ਖਲੇ
ਕਿੰਨੇ 8 ਕਿਲੋ ਵੱਛੀ ਨੂੰ ਪਲਾ ਕੇ ਜੀ ਠੀਕ ਲੋ ਜੀ ਦੋਸਤੋ ਨੰਬਰ 2 ਤੇ ਆ ਗਈ ਛੱਡ ਕੇ 8 ਕਿਲੋ ਠੀਕ ਹੈ ਵੱਛੀ ਨੂੰ ਛੱਡ ਕੇ ਦੋਵਾਂ ਟਾਈਮਾਂ ਦਾ ਇਹ 8 ਕਿਲੋ ਪਹਿਲਨ ਵੈੜੇ ਹਾਈਟ ਦੋਸਤਾਂ ਵੇਖ ਲੈਣੀ ਹੈ ਥਣ ਸੋਹਣੇ ਲੱਗੇ ਨੇ ਪਾਵਰਫੁਲ ਕੀ ਨਸਲ ਹੈ ਭਾਈ ਇਹਦੀ ਰਿਆਲ ਭਾਈ ਵਲੈਤੀ ਸਾਈਵਾਲ ਚ ਕਰਾਸ ਵਲੈਤੀ ਤੇ ਸਾਈਵਾਲ ਕਰਾਸ ਬਰੀਡ ਚੀ ਵਿੱਚ ਸਾਈਵਾਲ ਦਾ ਕਰਾਸ ਆ ਗਿਆ ਥਣ ਦੋਸਤਾਂ ਫਿਰ ਵੇਖ ਲੈਣੇ ਐ ਚੈੱਕ ਕਰੋ ਮਾਸ਼ਾਅੱਲਾ ਜੀ ਬੱਚੀ ਨੂੰ ਪਲਾ ਕੇ 8 ਕਿਲੋ ਦੋਵਾਂ ਟਾਈਮਾਂ ਦਾ ਠੀਕ ਆਓ ਭਾਈ ਇਸ਼ਫਾਕ ਸਾਹਮਣੇ ਲਓ ਜੀ ਰੇਟ ਦਾ ਵੀ ਮਾਸ਼ਾਅੱਲਾ ਹੁਣ ਵੇਚ ਵੀ ਟੁਰ ਪਈ ਮਾਸ਼ਾਅੱਲਾ ਗਾਈਆਂ ਦੀ ਗਾਈ ਸ਼ਾਰਟ ਹੋ ਗਈ ਗਾਂ ਲੱਭਦੀ ਨੀ ਪਈ ਇੱਕ ਤੇ ਭਰਾਵਾਂ ਨੂੰ ਕਰਾ ਸ਼ੌਂਕ ਤੇ ਗਾਈਆਂ ਹਨ ਵੇਗੀਆਂ ਹੁਣ ਦੋ ਗਾਈਆਂ ਦਰਮਿਆਨੀ ਦਰਮਿਆਨੇ ਮੁੱਲ ਪਾਏ ਨੇ ਭਰਾਵਾਂ ਨੂੰ ਠੀਕ ਹੈ 2,35,000 ਦੀ ਵੈੜੀ ਦੇਖਣਾ ਜਿਹੜਾ ਹੈ 1,00,000 ਜਿੰਨੀਆਂ ਮਈਆਂ ਵਹਾਈਆਂ ਨੇ ਭਰਾਵਾਂ ਨੂੰ ਚਵਾਈ ਹੋਈ ਏ ਯਕੀਨ ਕਰਨਾ ਮੁਸਲਮਾਨ ਮੁਸਲਮਾਨ ਦਾ ਯਕੀਨ ਕਰਦਾ ਤੇ ਅੱਲਾ ਬਾ ਖੈਰ ਕਰੇ ਸਾਰਿਆਂ ਭਰਾਵਾਂ ਨੂੰ ਖੁਸ਼ ਬਾਤ ਰੱਖੇ ਬਜ਼ੁਰਗਾਂ ਨੂੰ ਭਰਾਵਾਂ ਨੂੰ ਜਿਹੜੇ ਵਹਿੰਦੇ ਨੇ ਜਿਹੜੇ ਸਪੋਰਟ ਕਰਦੇ ਨੇ ਪਿਆ ਆਲ ਵਰਲਡ ਪਾਕਿਸਤਾਨ ਵੀ ਔਰ ਜਿਹੜੇ ਭਰਾ ਬਾਹਰ ਕੰਟਰੀਆਂ 'ਚ ਨੇ ਉਹਨਾਂ ਨੂੰ ਵੀ ਸਾਡੀ ਤਰਫ ਸਲਾਮ ਹੈ ਔਰ ਸਲੂਟ ਹੈ ਅਤੇ ਫੁੱਲ ਸਪੋਰਟ ਹੈ ਅਤੇ ਭਰਾਵਾਂ ਦੀ ਅਤੇ ਇਹਨਾਂ ਨਾਲ ਹੀ ਬਹਾਦਾਰਾਂ ਸੀ ਅਤੇ ਹੋਰ ਭਾਈ ਫਰਿਆਦ ਗੱਲ ਇਸ ਤਰ੍ਹਾਂ ਕਿ ਅਸੀਂ ਨਾ ਅਤੇ ਫਲਾਣਾ ਜੇ ਫਲਾਣਾ ਇਸ ਤਰ੍ਹਾਂ ਨਹੀਂ ਅੱਲਾ ਪਾਕ ਹਰ ਜਿਹੜਾ ਵੀਡੀਓ ਬਣਾਉਂਦਾ ਪਿਆ ਮਾਲ ਵੇਚਦਾ ਪਿਆ ਹਰ ਬੰਦੇ ਨੇ ਆਪਣਾ ਨਸੀਬਾ ਲੈਣਾ ਅਤੇ ਹਰ ਬੰਦੇ ਨੂੰ ਅੱਲਾ ਪਾਕ ਖੁਸ਼ ਔਰ ਬਾਦ ਰੱਖੇ ਸਾਡੀ ਦੁਆ ਹੈ ਅਤੇ ਦੁਆਵਾਂ 'ਚ ਸਾਨੂੰ ਯਾਦ ਰੱਖਣਾ ਇਨਸ਼ਾਅੱਲਾ ਅਸੀਂ ਵੀ ਦਿਲੋਂ ਯਾਦ ਰੱਖਣੇ ਅਤੇ ਪਾਕਿਸਤਾਨ ਜ਼ਿੰਦਾਬਾਦ।